ਮੈਂ ਇਸ ਵੀਡੀਓ ਦੇ ਵਿੱਚ ਦੋ ਬੇਨਤੀ ਕਰਨ ਲੱਗਿਆ ਹਾਂ ਜਿਹੜੀਆਂ ਕਿ ਤੁਹਾਡੇ ਝਾੜ ਨੂੰ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਦੀਆਂ ਹਨ ਧਿਆਨ ਦੇ ਨਾਲ ਗੱਲ ਨੂੰ ਸੁਣਨਾ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਨਵੇਂ ਹੋਂਤ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਲਾਲ ਬਟਨ ਅਪਕੇ ਸਬਸਕ੍ਰਾਈਬ ਕਰ ਸਕਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਚੋਣੇ ਦੇ ਝਾੜ ਬਾਰੇ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ ਕਿਉਂਕਿ ਹਜੇ ਤੀਕਾ ਵੱਡੀ ਚੱਲ ਰਹੀ ਹੈ ਮੈਂ ਖੁਦ ਵੀ ਫ੍ਰੀ ਨਹੀਂ ਹੋਇਆ ਪਰੰਤੂ ਜਿਹੜੀ ਚੀਜ਼ਾਂ ਹੁਣ ਤੱਕ ਨਿਕਲ ਕੇ ਸਾਹਮਣੇ ਆ ਰਹੀਆਂ ਤੇ ਉਹ ਤੁਹਾਡੀ ਅਗੇ ਕਨਕ ਨੂੰ ਪ੍ਰਭਾਵਿਤ ਕਰਨ ਵਾਲੀਆਂ ਕੀ ਚੀਜ਼ਾਂ ਵੈਸੇ ਤਾਂ ਸਾਰੇ ਕਮੈਂਟ ਰਪਲਾਈ ਨਹੀਂ ਹੋ ਰਹੇ ਪਰੰਤੂ ਜਿੰਨੇ ਕੁ ਮੈਂ ਪੜ ਰਿਹਾ ਹਾਂ ਤੇ ਮੈਨੂੰ ਇੱਕ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਕਿਸਾਨ ਬਿਜਾਈ ਚਾਲੂ ਕਰ ਚੁੱਕੇ ਹੈ ਕਨਕ ਦੀ ਮੈਂ ਇਹਨੂੰ ਝੋਨੇ ਨਾਲ ਜੋੜ ਕੇ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਇਸ ਸਾਲ 10 ਦਿਨ ਸਰਕਾਰ ਨੇ ਝੋਨਾ ਜਲਦੀ ਕਰਤਾ ਸੀ ਤੇ ਸਾਡੇ ਕਿਸਾਨ ਵੀਰਾਂ ਨੇ 10 ਦਿਨ ਦੀ ਜਗ੍ਹਾ ਤੇ 1 ਜੂਨ ਤੋਂ ਝੋਨਾ ਚਾਲੂ ਕਰਤਾ ਸੀ ਬਹੁਤੇ ਕਿਸਾਨਾਂ ਨੇ ਕਿਉਂਕਿ ਉਹਨਾਂ ਨੂੰ ਆਪਣੀਆਂ ਕਿਸਾਨ ਯੂਨੀਅਨ ਦਾ ਸਮਰਥਨ ਸੀਗਾ ਕਿ ਕੋਈ ਹੋਣ ਆਏਗਾ ਤਾਂ ਆਪਾਂ ਉਹਨੂੰ ਰੋਕਾਂਗੇ ਤਾਂ ਉਹ ਕੰਮ ਸ਼ੁਰੂ ਹੋ ਗਿਆ ਪਿਛਲੇ ਸਾਲ ਵੀ ਇਹੀ ਹੋਇਆ ਸੀ ਤੇ ਇਸ ਸਾਲ ਵੀ ਜਿਹੜੇ ਗੇਤੀਆਂ ਲੱਗੀਆਂ ਬਾਸਮਤੀਆਂ ਗੇਤੇ ਲੱਗੇ ਝੋਨੇ ਆ ਅੰਮ੍ਰਿਤਸਰ ਤਰਨਤਾਰਨ ਏਰੀਆ 5 ਤੋਂ ਲੈ ਕੇ 10 ਕੁਇੰਟਲ ਪ੍ਰਤੀ ਕਿੱਲੇ ਤੇ ਬੈਠੇ ਆ ਮਕਸਰ ਏਰੀਆ ਸ਼ੁਰੂਆਤੀ ਝੋਨੇਆਂ ਦੇ ਝਾੜ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਏ ਆ 20 ਕੁਇੰਟਲ 25 ਕੁਇੰਟਲ 26 ਕੁਇੰਟਲ ਕਿੱਲੇ ਦੇ ਝਾੜ ਜਿਹੜੇ ਹੈਗੇ ਆ ਝੋਨੇ ਦੇ ਆਈ ਐ ਹੁਣ ਕਣਕ ਦੇ ਵਿੱਚ ਜੇ ਤੁਸੀਂ ਸਹੀ ਟਾਈਮ ਤੋਂ ਖੁੰਝਦੇ ਹੋ ਤੁਸੀਂ ਫੇਰ ਉਹੀ ਜਲਦਬਾਜ਼ੀ ਕਰਦੇ ਹੋ ਤੇ ਅੱਗੇ ਨੁਕਸਾਨ ਹੋ ਸਕਦਾ ਹੈ ਤਾਂ ਕਟੋ ਕਟ ਬਜਾਈ ਦੇ ਸਹੀ ਟਾਈਮ ਤੇ ਪਹੁੰਚੋ ਕਿਉਂਕਿ ਜੇ ਅਤਰੀ ਆਪਾਂ ਝੋਨੇ ਜਲਦੀ ਲਾ ਲਏ ਗਰਮੀ ਪੈ ਗਈ ਵੈਸੇ ਵੀ ਝੋਨੇ ਜਲਦੀ ਪੱਕ ਗਏ ਜੀਹਦੇ ਕਰਕੇ ਹੁਣ ਆਪਾਂ ਵਿਹਲੇ ਆ ਤੇ ਸੋਚ ਰਹੇ ਆ ਕਿ ਜਲਦੀ ਤੋਂ ਜਲਦੀ ਕਣਕ ਦੀ ਬਜਾਈ ਕਰ ਦਈਏ ਪਰੰਤੂ ਜੇ ਨਵੰਬਰ ਮਹੀਨੇ ਵਾਲੀ ਗਰਮੀ ਪੈ ਗਈ ਤਾਂ ਰਗੜੇ ਜਾਉਗੇ ਤਾਂ ਘਟੋ ਘਟ ਥੋੜਾ ਜਿਹਾ ਆਪਾਂ ਸਹੀ ਟਾਈਮ ਵਾਲੇ ਪਾਸੇ ਨੂੰ ਵਧਿਏ ਜੇ ਤੁਸੀਂ ਜਿਵੇਂ ਅਕਸਰ ਹੀ ਪੁੱਛਦੇ ਹੋ ਕਿ ਸਹੀ ਟਾਈਮ ਕੀ ਹੈ ਤਾਂ ਸਹੀ ਟਾਈਮ ਹੈ ਜਿਹੜਾ ਇੱਕ ਆਪਾਂ ਬੈਸਟ ਟਾਈਮ ਮੰਨੀਏ ਨਾ ਤਾਂ ਉਹ ਤੁਹਾਡਾ 11 ਤੋਂ 15 ਨਵੰਬਰ ਦੇ ਵਿਚਾਲੇ ਹੁੰਦਾ ਜਿਸ ਟਾਈਮ ਤੇ ਵੀ ਜੇ ਕਣਕ ਦਾ ਵਧੀਆ ਝਾੜ ਹੁੰਦਾ ਹੈ ਕਈ ਵਾਰੀ ਜਿਹੜੇ ਅਗੇਤੇ ਅਕਤੂਬਰ ਚ ਵੀ ਜੇ ਟੌਪ ਚਲੇ ਜਾਂਦੇ ਆ ਤੇ ਕਈ ਵਾਰੀ ਜਿਹੜੇ ਹੈਗੇ ਅਕਤੂਬਰ ਵਾਲੇ ਥੱਲੇ ਚਲੇ ਜਾਂਦੇ ਆ ਮੈਂ ਕਿਉਂ ਇੱਕ ਜੂਏ ਦੀ ਤਰ੍ਹਾਂ ਹੁੰਦੇ ਆ ਦੂਸਰੀ ਗੱਲ ਹੁਣ PR 129 ਚੋਣੇ ਦਾ ਬੀਜ ਕਾਫੀ ਮਿਲਿਆ ਸੀ ਆ ਜਿੰਨੀ ਕੋ ਫੀਡਬੈਕ ਹੁਣ ਤੱਕ ਆਈ ਹੈ ਜੇ ਉਹਤੇ ਨਿਗਾਹ ਮਾਰੀਏ ਤਾਂ ਇੱਕ ਪਾਸੇ ਪੀਆਰ 129 ਦਾ ਕਿਸਾਨ ਆ ਰਿਹਾ ਕਹਿ ਰਿਹਾ ਜੀ ਰੱਜ ਗਏ ਅੱਜ ਤੱਕ ਇੰਨਾ ਝੋਨਾ ਨਹੀਂ ਨਿਕਲਿਆ ਜਿੰਨਾ ਪੀਆਰ 129 ਨਿਕਲਿਆ ਦੂਜੇ ਪਾਸੇ ਮਾਲਵਾ 벨ਟ ਕਹਿ ਰਹੀ ਹੈ ਡੁੱਬ ਗਏ 21 ਕੁਇੰਟਲ 22 ਕੁਇੰਟਲ ਵੱਧ ਤੋਂ ਵੱਧ 24 ਕੁਇੰਟਲ ਝੋਨਾ ਨਿਕਲਿਆ ਵੈਰਾਈਟੀ ਮਾੜੀ ਨਹੀਂ ਜੇ ਤੁਸੀਂ ਇਹ ਕਹਿ ਦਿਓਗੇ ਕਿ ਵੈਰਾਈਟੀ ਮਾੜੀ ਹੈ ਨਹੀਂ ਕਿਉਂਕਿ ਕਿਸ ਏਰੀਏ ਦੇ ਵਿੱਚ ਇਹ ਵਧੀਆ ਪਰਫਾਰਮੈਂਸ ਦਿੰਦੀ ਹੈ ਇਸ ਚੀਜ਼ ਬਾਰੇ ਜਿਹੜਾ ਹੈਗਾ ਸਾਨੂੰ ਹਜੇ ਤੀਕਰ ਬਾਰੇ ਕਲੀਅਰ ਹੀ ਨਹੀਂ ਸੀਗਾ ਜਿਹੜਾ ਬਾਰ ਬਾਰ ਕਿਹਾ ਜਾਂਦਾ ਝੌਨੇ ਦੀਆਂ ਕਿਸਮਾਂ ਦੀ ਵੀਡੀਓ ਤੋਂ ਪਹਿਲਾਂ ਇੱਕ ਵੀਡੀਓ ਪਾ ਕੇ ਕਿਹਾ ਸੀ ਕਿ ਬਈ ਥੋੜੇ ਏਰੀਏ ਟਰਾਈ ਕਰੋ ਤੁਹਾਨੂੰ ਮੈਂ ਪਿਛਲੇ ਦਿਨ ਇੱਕ ਵੀਡੀਓ ਸ਼ੇਅਰ ਕੀਤੀ ਸੀ ਬੱਚੀ 32 26 ਕਣਕ ਦੀ ਜੀ ਦੇਚ ਮੈਂ ਤੁਹਾਨੂੰ ਇਹ ਦਿਖਾਇਆ ਸੀਗਾ ਕਿ ਆਈਸੀਆਰ ਦੇ ਰਿਸਰਚ ਦੇ ਦੌਰਾਨ ਫਰੀਦਕੋਟ ਦੇ ਵਿੱਚ ਜੇਕਰ 43 ਮਨ ਛੱਡਦੀ ਹੈ ਜਾਂ ਗੁਰਦਾਸਪੁਰ ਦੇ ਵਿੱਚ 43 ਮਨ ਛੱਡਦੀ ਹੈ ਤਾਂ ਰੋहतक ਦੇ ਵਿੱਚ 71 ਮਨ ਵੀ ਛੱਡਦੀ ਹੈ ਤਾਂ ਰੋहतक ਆਲਾ ਕਹੀਏਗਾ ਕਿ 32 26 ਬਹੁਤ ਵਧੀਆ ਕਣਕ ਹੈ ਗੁਰਦਾਸਪੁਰ ਵਾਲਾ ਕਹੂਗਾ ਕਿ ਇਹ ਕਣਕ ਨਹੀਂ ਡਬੋਤਾ ਤਾ ਹੁਣ ਕਣਕ ਦੇ ਵਿੱਚ ਵੀ 187 222 303 ਕਿਸਮਾਂ ਵਧੀਆ ਕੋਈ ਦਿੱਕਤ ਨਹੀਂ ਕਿਸਮਾਂ ਚ ਪਰੰਤੂ ਸਾਡੇ ਖੇਤ ਹੁੰਦੀ ਹੈ ਕਿ ਨਹੀਂ ਹੁੰਦੀ ਇਹ ਤਾਂ ਖੇਤ ਚ ਚਾਰ ਕਨਾਲਾਂ ਲਾਉਂਗੇ ਤਾਂ ਹੀ ਪਤਾ ਲੱਗੂਗਾ ਤਾਂ ਐਸ ਕਰਕੇ ਅਡੀਆਂ ਚੱਕ ਕੇ ਫਾਹਾ ਨਹੀਂ ਲੈਣਾ ਕਿ ਮੈਂ 10 ਕਿੱਲੇ ਦਾ 20 ਕਿੱਲੇ ਦਾ 20 ਮਿਲ ਜੇ 303 ਦਾ ਬੀਜ ਇਸ ਸਾਲ ਬਿਲਕੁਲ ਵੀ ਨਹੀਂ ਮਿਲਣਾ ਐਵੇਂ ਘੋੜੇ ਨਾ ਭਜਾਏ ਹੋ ਜੋ ਅਗਲੇ ਸਾਲ ਨੂੰ ਥੋੜਾ ਬਹੁਤ ਮਿਲੇਗਾ ਉਸ ਤੋਂ ਅਗਲੇ ਸਾਲ ਤੁਹਾਨੂੰ ਜਿਹੜਾ ਹੈਗਾ 2022 ਦੇ ਵਿੱਚ ਉਹਦਾ ਬੀਜ ਤੁਹਾਨੂੰ ਮਿਲਣਾ ਸ਼ੁਰੂ ਹੋਏਗਾ ਤਾਂ ਉਨੀ ਦੇਰ ਤੱਕ 303 ਮਗਰ ਨਾ ਭਜੋ 187 222 3226 ਇਹਨੂੰ ਇੱਕ ਇੱਕilla 4 4 ਕਨਾਲਾਂ ਦੇ ਵਿੱਚ ਪਿੰਡ 'ਚ ਟਰਾਈ ਕਰ ਲਓ ਜੇ ਝਾੜ ਚੰਗਾ ਰਹਿੰਦਾ ਤਾਂ ਹੀ ਵਧਾਓ ਜੋ ਨਹੀਂ ਤਾਂ ਜਿਹੜੀ ਤੁਹਾਡੇ ਕੋਲੇ ਪਹਿਲਾਂ 386 ਵਧੀਆ ਝਾੜ ਦੇ ਰਹੀ ਹੈ ਇਹ ਤਾਂ ਉਹ ਉਸ ਝਾੜ ਤੋਂ ਵੀ ਜਾ ਸਕਦੇ ਹਾਂ 129 ਦੇ ਵਿੱਚ ਤੁਸੀਂ ਇਹ ਟ్రਾਇਲ ਕਰਕੇ ਦੇਖ ਲਿਆ ਚੋਣੇ ਦੇ ਵਿੱਚ ਤਾਂ ਇਹ ਦੋ ਬੇਨਤੀ ਪ੍ਰਵਾਨ ਕਰਨਾ ਕਿ ਚੋਣੇ ਵਾਂਗੂ ਜਲਦਬਾਜ਼ੀ ਕੰਨਕ ਚ ਨਾ ਕਰਿਓ ਜੋ ਮੇਰੀ ਕੋਸ਼ਿਸ਼ ਹੋਏਗੀ ਕਿ ਲਗਾਤਾਰ ਇੱਕ ਦਿਨ ਚ ਤਿੰਨ ਤਿੰਨ ਚਾਰ ਚਾਰ ਵੀਡੀਓ ਪਾ ਕੇ ਜਿਹੜੇ ਟੌਪਿਕ ਰਹਿਗੇ ਉਹ ਸਾਰੇ ਕਵਰ ਕਰਨ ਦੀ ਤੇ ਨਾ ਰਿਪਲਾਈ ਕਰਨ ਦੀ ਕੋਸ਼ਿਸ਼ ਵੀ ਹੋਏਗੀ ਤੇ ਤੁਸੀਂ ਥੋੜੀ ਜੀ ਸੂਝ-ਬੂਝ ਦੇ ਨਾਲ ਹੁਣ ਚੱਲਿਓ ਜੋ ਜੇ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ ਤਾਂ ਇਹ ਇੱਕ ਚੇਤਾਵਨੀ ਹੈ ਤੁਹਾਨੂੰ ਸਿੱਧੀ ਸਿੱਧੀ ਕਿਉਂਕਿ ਤੁਸੀਂ ਜਿੰਨੀਆਂ ਖਾਦਾਂ ਮਰਜ਼ੀ ਪਾ ਲੋ ਤੁਸੀਂ ਜਿੰਨੀਆਂ ਮਹਿੰਗੀਆਂ ਸਪਰੇਆਂ ਮਰਜ਼ੀ ਕਰ ਲੋ ਝਾੜ ਤਾਂ ਆ ਕੇ ਮੌਸਮ ਦੇ ਉੱਤੇ ਡਿਪੈਂਡ ਕਰਨਾ ਹੈ ਤੇ ਜੇ ਗਲਤ ਟਾਈਮ ਤੇ ਬਜਾਈ ਹੋ ਗਈ ਕਾਲੀ ਦੇ ਵਿੱਚ ਜਾਂ ਬਾਲੀ ਪਛੇਤੀ ਹੋ ਗਈ ਜਾਂ ਗਲਤ ਵੈਰਾਈਟੀ ਸਿਲੈਕਸ਼ਨ ਕਰ ਲਈ ਤਾਂ ਮੌਸਮ ਨੇ ਸਾਥ ਨਾ ਦਿੱਤਾ ਤਾਂ ਕੰਮ ਖਰਾਬ ਹੋ ਜਾਏਗਾ ਦੇਖੋ ਚੰਗੇ ਮੌਸਮ ਦੇ ਵਿੱਚ ਤਾਂ ਸਾਰੀਆਂ ਵਧੀਆ ਨਿਕਲ ਆਉਂਦੀਆਂ ਵੈਰਾਈਟੀਆਂ ਕੋਈ ਦਿੱਕਤ ਨਹੀਂ ਜਿਹੜੀ ਮਰਜ਼ੀ ਬੀਜੀ ਔਸੇ ਦਾ ਝਾੜ ਜਿਹੜਾ 60 ਮਾਨ 65 ਮਾਨ 60 ਮਾਨ 65 ਮਾਨ ਚੋਣੇ 85 ਮਾਨ 90 ਮਾਨ 85 ਮਾਨ 90 ਮਾਨ ਜਿਹੜੇ ਸਾਲ ਮੌਸਮ ਸਾਥ ਨਾ ਦੇਵੇ ਉਹ ਸਾਲ ਆਖੇ ਪਤਾ ਲੱਗਦਾ ਹੈ ਕਿ ਕਿਹੜੀ ਵੈਰਾਈਟੀ ਨੇ ਬਾਜ਼ੀ ਮਾਰੀ ਹੈ ਤਾਂ ਇੱਥੇ ਇੱਕ ਧਿਆਨ ਹੋਰ ਰੱਖਣਾ ਹੈ ਕਿ ਕਦੇ ਵੀ ਇੱਕ ਕਿਸਮ ਤੇ ਭਰੋਸਾ ਨਾ ਕਰੋ ਇੱਕ ਤੋਂ ਵੱਧ ਕਿਸਮਾਂ ਖੇਚ ਜ਼ਰੂਰ ਲਾਓ ਬੀਜ ਕਰਦਾ ਵਰਤਣ ਦੀ ਕੋਸ਼ਿਸ਼ ਕਰੋ ਮੇਰਾ ਇੱਕ ਕਿਸਾਨ ਵੀਰ ਫਰੀਦਕੋਟ ਦਾ 129 ਬੀਜ ਸਾਰੇ 40 ਕਿੱਲਿਆਂ ਚਲਾਤਾ 56 ਮਣ ਦੀ ਐਵਰੇਜ ਆਈ ਮੇਰੇ ਇੱਕ ਬਹੁਤ ਹੀ ਸੂਝਵਾਨ ਕਿਸਾਨ ਹਰ ਸਾਲ ਬੀਜ ਬਾਜ਼ਾਰ ਚੋਂ ਲਿਆ ਕੇ ਪਾਉਂਦੇ ਐ ਇੱਕ ਸਰਕਾਰੀ ਸੰਸਥਾ ਤੋਂ ਬੀਜ ਲੈ ਕੇ ਆਏ ਬੀਜ ਦੇ ਵਿੱਚ ਇੰਨੀ ਕੋ ਮਿਕਸਿੰਗ ਨਿਕਲੀ ਕਿ ਝਾੜ ਜਿਹੜਾ ਹੈਗਾ 60 ਮਣ ਦੇ ਉੱਤੇ ਹੀ ਰਹਿ ਗਿਆ ਤੇ ਜਿਹੜੇ ਮਿਕਸਿੰਗ ਵਾਲੇ ਬੂਟੇ ਸੀਗੇ ਉਹ ਵਿੱਚੇ ਝੜ ਗਏ ਨਾਲੇ ਤਾਂ ਅਗਲੇ ਸਾਲ ਵਾਸਤੇ ਜ਼ਮੀਨ ਖਰਾਬ ਕਰ ਗਏ ਤੇ ਨਾਲੇ ਜਿਹੜਾ ਹੈਗਾ ਝਾੜ ਗਵਾ ਗਏ ਤਾਂ ਬੀਜ ਤੇ ਮੈਂ बार-बार ਬੇਨਤੀ ਕਰਦਾ ਕਿ ਘਰ ਦੇ ਬੀਜ ਵਰਤੋ ਇੱਕ ਤੋਂ ਵੱਧ ਵੈਰਾਈਟੀਆਂ ਵਰਤੋ ਹਾਂ ਅਗਲੇ ਸਾਲ ਬੀ ਬਣਾਉਣ ਵਾਸਤੇ ਇੱਕ ਅੱਧੇ ਕਿੱਲੇ ਦੇ ਵਿੱਚ ਇਹ ਲਿਆ ਕੇ ਬਾਹਰੋਂ ਬੀਜ ਵੀ ਜਿ ਲੋ ਤੇ ਉਹਦੇ ਤੋਂ ਆਪ ਦਾ ਬੀਜ ਤਿਆਰ ਕਰਿਓ ਤਾਂ ਇੰਨੀਆਂ ਕੋ ਬੇਨਤੀ ਪ੍ਰਵਾਨ ਕਰਨਾ ਤੇ ਥੋੜਾ ਜਿਹਾ ਧਿਆਨ ਦੇ ਨਾਲ ਜੇ ਮੌਸਮ ਚੰਗਾ ਨਹੀਂ ਨਿਕਲਿਆ ਤਾਂ ਝਾੜ ਦੀ ਖਰਾਬੀ ਜਾਏਗੀ ਜੇ ਮੌਸਮ ਚੰਗਾ ਆ ਗਿਆ ਝਾੜ ਬਹੁਤ ਵਧੀਆ ਤੇ ਫਿਰ ਮੈਂ ਵੀ ਕਹੂੰਗਾ ਕਿ ਮੇਰੀਆਂ ਵੀਡੀਓ ਦੇਖ ਦੇਖ ਕੇ ਤੁਹਾਡਾ ਝਾੜ ਵਧਿਆ ਤੇ ਜਦ ਸਮੇਂ ਘਟ ਗਿਆ ਉਸ ਦਿਨ ਸਭ ਨੇ ਕਹਿ ਦੇਣਾ ਕਿ ਮੌਸਮ ਦੀ ਮਾਰ ਹੈ ਇਹ ਦਵਾਈ ਤਾਂ ਸਾਡੀ ਬਹੁਤ ਵਧੀਆ ਸੀ ਪਰੰਤੂ ਮੌਸਮ ਨੇ ਸਾਥ ਨਹੀਂ ਦਿੱਤਾ ਹੁਣ ਦਵਾਈ ਉੱਥੇ ਕੀ ਕਰੇ ਤਾਂ ਆਪਣਾ ਧਿਆਨ ਦੇ ਨਾਲ ਇੱਕ ਤੋਂ ਵੱਧ ਕਿਸਮਾਂ ਵਰਤੋ ਜਲਦਬਾਜੀ ਨਾ ਕਰੋ ਬੀਜ ਦੀ ਸਿਲੈਕਸ਼ਨ ਧਿਆਨ ਨਾਲ ਕਰੋ ਨਵੇਂ ਬੀਜ ਥੋੜੇ ਥੋੜੇ ਏਰੀਏ ਦੇ ਵਿੱਚ ਹੀ ਟਰਾਈ ਕਰੋ ਜਿਆਦਾ ਏਰੀਏ ਚ ਨਾ ਲਗਾਓ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ